ਪ੍ਰਾਈਮੇਸ਼ੀਅ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਆਨੰਦਪ੍ਰੀਤ ਸਿੰਘ ਪ੍ਰੋਗਰਾਮ ਲੈ ਕੇ ਹਸਰਾਂ ਦੀ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਹਰ ਰੋਸ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਖਬਰਾਂ ਤੇ ਚਰਚਾ ਕਰਨਗੇ ਪਰ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਕਰਦੇ ਹਾਂ ਜੀ ਸਵਾਗਤ ਪੰਨੂ ਸਾਹਿਬ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਆਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਸਭ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਅਸਤੀਫਾ ਦਿੱਤਾ ਹਾਲਾਂਕਿ ਉਹਨਾਂ ਦੀ ਹਸਤੀਫੇ ਦੀ ਮੰਗ ਪਾਰਟੀ ਦੇ ਵਿੱਚੋਂ ਇੱਕ ਧੜਾ ਵਖੋਖੇ ਲਗਾਤਾਰ ਕਰਦਾ ਆ ਰਿਹਾ ਸੀਗਾ ਉਹਨਾਂ ਨੂੰ ਤਨਖਾਹਿਆ ਕਰਾਰ ਵੀ ਦਿੱਤਾ ਗਿਆ ਸੀ ਸਿਰਕਾਲ ਤੱਕ ਸਭ ਦੁਬਾਰਾ ਜਾ ਕੇ ਉਹ ਕਹਿ ਕੇ ਵੀ ਆਏ ਨੇ ਕਿ ਜੀ ਢਾਈ ਮਹੀਨੇ ਹੋ ਗਏ ਜਲਦ ਤੋਂ ਜਲਦ ਸਜਾ ਸੁਣਾਈ ਜਾਵੇ ਇਹ ਪੂਰਾ ਮਾਮਲਾ ਕੀ ਹੈ ਜੀ ਤੇ ਹੁਣ ਅੱਗੇ ਕੀ ਹੋ ਸਕਦਾ ਤੇ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਨੰਦਪ੍ਰੀਤ ਜੀ ਗੱਲ ਇਹ ਹੈ ਕਿ ਇਹ ਹਾਲਾਤ ਜਿੱਥੇ ਪਹੁੰਚ ਗਏ ਸੀ ਅੱਜ ਨੇ ਕੱਲ੍ਹ ਸੀ ਸੁਖਵੀਰ ਸਿੰਘ ਬਾਦਲ ਨੂੰ ਅਸਤੀਫਾ ਦੇਣਾ ਹੀ ਪੈਣਾ ਸੀ ਹੋਰ ਕੋਈ ਰਾਹ ਨਹੀਂ ਸੀ ਰਹਿਗਿਆ ਉਨਾਂ ਨੇ ਆਪਣੇ ਤੌਰ ਤੇ ਸਾਰੇ ਤੰਗ ਵਰਤਲੇ ਸਨ ਕੋਸ਼ਿਸ਼ ਕੀਤੀ ਸੀ ਪਾਰਟੀ ਦੇ ਵਿੱਚੋਂ ਜਿਹੜੇ ਪਹਿਲਾਂ ਸੱਜਣ ਛੱਡ ਗਏ ਸੋ ਛੱਡ ਗਏ ਬਾਕੀ ਜਿਹੜੇ ਰਹਿ ਗਏ ਜਿੰਨੇ ਕ ਰਹਿ ਗਏ ਉਹਨਾਂ ਵਿੱਚੋਂ ਕੋਈ ਉਹਨੂੰ ਛੱਡ ਕੇ ਨਹੀਂ ਗਿਆ ਇਹਦਾ ਮਤਲਬ ਉਹ ਪੱਕੇ ਭਰੋਸੇ ਬੰਦਿਆ ਤੇ ਨਾਲ ਨਿਭੇ ਇਸ ਗੱਲ ਦਾ ਕ੍ਰੈਡਿਟ ਜਾਂਦਾ ਸੁਖਬੀਰ ਸਿੰਘ ਨੂੰ ਕਿ ਇਹਦੇ ਨਾਲ ਉਹ ਨਿਭੇ ਨੇ ਔਖੇ ਸੋਖੇ ਵੀ ਆਪਣੇ ਉੱਤੇ ਦੋਸ਼ ਲਵਾ ਕੇ ਵੀ ਲਵਾ ਕੇ ਤੇ ਛੱਡੋ ਬਲਕਿ ਦਲਜੀਤ ਸਿੰਘ ਚਿਮੇ ਵਰਗੇ ਨੇ ਖੁਦ ਆਪਣੇ ਸਿਰ ਦੋਸ਼ ਲੈ ਲਿਆ ਇਹ ਕਹਿ ਕੇ ਕਿ ਪ੍ਰਧਾਨ ਇਕੱਲੇ ਨਹੀਂ ਅਸੀਂ ਵੀ ਸਾਰੇ ਨਾਲ ਸੀ ਇਦਾਂ ਦੀ ਗੱਲ ਹੋਰ ਕਿਸੇ ਨੇ ਨਹੀਂ ਆਖੀ ਇਹਦਾ ਮਤਲਬ ਕਿ ਉਹ ਪੱਕੇ ਬੰਦੇ ਸੀ ਪੱਕੇ ਉਹਦੇ ਨਾਲ ਰਹਿ ਗਏ ਜਿਹੜੇ ਜਾਣਾ ਸੀ ਉਹ ਚਲੇ ਗਏ ਫਿਰ ਇਹ ਸੀਗਾ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ੀ ਹੋਣੀ ਆ ਕੀ ਕੀਤਾ ਜਾਵੇ ਜਿਸ ਦਿਨ ਤਨਖਾਹਿਆ ਕਰਾਰ ਦਿੱਤਾ ਉਹ ਅਗਲੇ ਦਿਨ ਚਲੇ ਹੁਣ ਆ ਪਿਛਲੇ ਹਫਤੇ ਉਹਨੇ ਫੇਰ ਜਾ ਕੇ ਆਖਿਆ ਉਹਨੇ ਕਿਹਾ ਜੀ ਮੇਰਾ ਮਾਮਲਾ ਲਟਕਦਾ ਜਾ ਰਿਹਾ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਇਹਦੇ ਨਾਲ ਤੁਸੀਂ ਇਹਦੇ ਉੱਤੇ ਕੋਈ ਨਾ ਕੋਈ ਫੈਸਲਾ ਕਰ ਦਿਓ ਅਕਾਲ ਤਖਤ ਸਾਹਿਬ ਦੇ ਸੈਕਟਰੀਟੇਟ ਜਾ ਕੇ ਚਿੱਠੀ ਦਿਓ ਚਿੱਠੀ ਦੀ ਸ਼ਬਦਾਵਲੀ ਤੇ ਕਈ ਲੋਕਾਂ ਨੇ ਇਤਰਾਜ਼ ਕੀਤਾ ਕੁਝ ਗੱਲਾਂ ਤਾਂ ਮੈਨੂੰ ਵੀ ਇਤਰਾਜ਼ ਹੋ ਸਕਦਾ بڑے ਲੋਕਾਂ ਨੂੰ ਇਤਰਾਜ਼ ਹੋ ਸਕਦਾ ਇਤਰਾਜ਼ ਆਪਣੀ ਥਾਂ ਤੇ ਵੱਡੀ ਗੱਲ ਇਹ ਨਹੀਂ ਕਿ ਇਤਰਾਜ਼ ਕੀ ਆ ਤੇ ਕਿਹਨੇ ਕੀ ਆਖਿਆ ਵੱਡੀ ਗੱਲ ਇਹ ਕਿ ਉਹਨੇ ਜਾ ਕੇ ਇੱਕ ਚਿੱਠੀ ਪੇਸ਼ ਕਰਕੇ ਆਖਿਆ ਕਿ ਮਾਮਲਾ ਛੇਤੀ ਨਿਪਟਾ ਦਿਓ ਇਹ ਬੜਾ ਵੱਡਾ ਮੁੱਦਾ ਬਣਾ ਕੇ ਕੁਝ ਲੋਕਾਂ ਨੇ ਆਖਿਆ ਕਿ ਕਦੇ ਕੋਈ ਦੋਸ਼ੀ ਅਦਾਲਤ ਦੇ ਜੱਜ ਨੂੰ ਇਹ ਨਹੀਂ ਕਹਿੰਦਾ ਹੁੰਦਾ ਕਿ ਮੇਰਾ ਮਾਮਲਾ ਛੇਤੀ ਮੁਕਾਇਆ ਜਾਵੇ ਲਟਕਾਇਆ ਨਾ ਜਾਵੇ ਇਦਾਂ ਨਹੀਂ ਕਹਿੰਦਾ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਮੈਂ ਸਮਝਦਾ ਕਿ ਇੱਥੇ ਬਹੁਤ ਸਾਰੇ ਦੋਸ਼ੀ ਆ ਜਿਨ੍ਹਾਂ ਨੂੰ ਉਮਰ ਕੈਦ ਹੋਈ ਉਹਨਾਂ ਨੇ ਵੀ ਜਿਨ੍ਹਾਂ ਨੂੰ ਫਾਂਸੀ ਹੋਈ ਉਹਨਾਂ ਨੇ ਵੀ ਅਦਾਲਤਾਂ ਦੇ ਜੱਜਾਂ ਨੂੰ ਇਹ ਬੇਨਤੀਆਂ ਕੀਤੀਆਂ ਕਿ ਸਾਡਾ ਮਾਮਲਾ ਬਹੁਤ ਲਟਕ ਗਿਆ ਜੀਨੂੰ ਕਿਸੇ ਪਾਸੇ ਲਾ ਦਿਓ ਲੰਮਕਦਾ ਜਾਂਦਾ ਲੰਮਕਦਾ ਜਾਂਦਾ ਛੇਤੀ ਨਿਬੇੜ ਦਿਓ ਇਹ ਗੱਲ ਆਪਣੀ ਥਾਂ ਤੇ ਅੱਗੋਂ ਜਿਹੜੀ ਅਦਾਲਤ ਆ ਫੈਸਲਾ ਤੇ ਉਹਨੇ ਕਰਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਉਹਨਾਂ ਦੇ ਸਾਥੀ ਸਿੰਘ ਸਾਹਿਬਾਨ ਨੇ ਫੈਸਲਾ ਕਰਨਾ ਸਾਰਿਆਂ ਨੂੰ ਪਤਾ ਕਿ ਇਤਿਹਾਸ ਦੇ ਵਿੱਚ ਅੱਜ ਤੱਕ ਕਦੇ ਵੀ ਕੋਈ ਮਾਮਲਾ ਇੰਨਾ ਲੰਮਾ ਲਟਕਿਆ ਨਹੀਂ ਜਿੰਨਾ ਇਹ ਲਟਕਿਆ ਹੁਣ ਉਹਨਾਂ ਨੂੰ ਕਿੰਨਾ ਕਦੇ ਨਿਵੇੜ ਦੇਣਾ ਚਾਹੀਦਾ ਨਹੀਂ ਤੇ ਲੋਕਾਂ ਵਿੱਚ ਕਈ ਕਿਸਮ ਦੀਆਂ ਗੱਲਾਂ ਸੁਖਬੀਰ ਸਿੰਘ ਬਾਦਲ ਬਾਰੇ ਪਹਿਲਾਂ ਚੱਲਦੀਆਂ ਸੀ ਇਹਦਾ ਵਿਰੋਧੀ ਧੜਾ ਜਿਹੜਾ ਉਹਨਾਂ ਬਾਰੇ ਵੀ ਚੱਲਣ ਲੱਗ ਪਿਆ ਕਿ ਉਹਦੋਂ ਨਾਲ ਰਹਿ ਸੀ ਅਕਾਲ ਤਖਤ ਸਾਹਿਬ ਤੇ ਸਿੰਘ ਸਾਹਿਬਾਨ ਬਾਰੇ ਵੀ ਲੋਕਾਂ ਦੀ ਗੱਲਾਂ ਚੱਲਣ ਆਪਣੀਆਂ ਕਿ ਕੋਈ ਰਾਹ ਲੱਭਦੇ ਪਏ ਆ ਬੜੀ ਕਸੂਰੀਆਂ ਗੱਲਾਂ ਚੱਲ ਰਹੀਆਂ ਸਨ ਉਹਨਾਂ ਤੋਂ ਬਚਣ ਦਾ ਇੱਕੋ ਤਰੀਕਾ ਕਿ ਇਸ ਸਮਸਤੇ ਨੂੰ ਕਿਤੇ ਕਿਤੇ ਜਾ ਕੇ ਛੇਤੀ ਨਿਪਟਾਤਾ ਜਾਵੇ ਨਿਪਟਾਉਣ ਵਾਸਤੇ ਕੀ ਕਰਨਾ ਇਹ ਉਹ ਜਾਣ ਉਹ ਜੀ ਦੂਸਰਾ ਪੱਖ ਹੋਰ ਆ ਸੁਖਬੀਰ ਸਿੰਘ ਬਾਦਲ ਤੋਂ ਜਿਹੜਾ ਉਹਨਾਂ ਦੇ ਸਾਥੀਆਂ ਨੇ ਅਸਤੀਫਾ ਮੰਗਿਆ ਅਸਤੀਫਾ ਨਹੀਂ ਮੰਗਿਆ ਉਹਦੀ ਸ਼ਿਕਾਇਤ ਕੀਤੀ ਜਾ ਕੇ ਅਕਾਲ ਤਖਤ ਸਾਹਿਬ ਤੇ ਇਹ ਸ਼ਿਕਾਇਤ ਤੇ ਅਾ 4.5 ਮਹੀਨੇ ਪਹਿਲਾਂ ਦੀ ਗੱਲ ਹੈ ਇਹਦੇ ਤੋਂ ਪਹਿਲਾਂ ਅਸਤੀਫਾ ਤਾਂ ਮੰਗਿਆ ਗਿਆ ਸੀ ਉਸ ਵਕਤ ਜਦੋਂ 2017 ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣ ਗਈ ਤੇ ਅਕਾਲੀ ਭਾਜਪਾ ਗੱਠਜੋੜ ਹਾਰ ਗਿਆ ਨਾ ਸਿਰਫ ਹਾਰ ਗਿਆ ਅਕਾਲੀ ਦਲ ਇੰਨੀ ਮਾੜੀ ਹਾਲਤ ਤੋਂ ਚਲਾ ਗਿਆ ਪਹਿਲੀ ਵਾਰ ਕਿ ਉਹ ਮੁੱਖ ਵਿਰੋਧੀ ਧਿਰ ਵੀ ਨਾ ਰਹਿ ਗਿਆ ਤੀਸਰੇ ਥਾਂ ਤੇ ਜਾ ਡਕ ਉਦੋਂ ਪਾਰਟੀ ਦੀ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਕੁਝ ਲੋਕਾਂ ਨੇ ਆਖਿਆ ਸੀ ਕਿ ਜਦੋਂ ਇਦਾਂ ਦੀ ਹਾਰ ਹੋਵੇ ਤੇ ਪਾਰਟੀ ਦਾ ਪ੍ਰਧਾਨ ਅਸਤੀਫਾ ਪੇਸ਼ ਕਰਦਾ ਹੁੰਦਾ ਸੁਖਵੀਰ ਸਿੰਘ ਬਾਦਲ ਨੇ ਬੜਾ ਇਸ ਗੱਲ ਦੇ ਨਾਲ ਨਾਰਾਜ਼ਗੀ ਵੀ ਉਖਾਈ ਉਦਾਸੀ ਵੀ ਉਖਾਈ ਕੁਝ ਲੋਕਾਂ ਨੇ ਆਖਿਆ ਚਲੋ ਛੱਡੋ ਜੀ ਛੱਡੋ ਜੀ ਵੱਡੇ ਬਾਦਲ ਸਾਹਿਬ ਨੇ ਵੀ ਆਖਿਆ ਵੀ ਇਹਨੂੰ ਗੱਲ ਨੂੰ ਬਹੁਤਾ ਨਾ ਵਧਾਓ ਨਹੀਂ ਵਧਾਈਗੇ ਐਸ ਵਾਰੀ ਜਦੋਂ 2022 ਚ ਉਹੋ ਜੀ ਹਾਰ ਹੋਈ ਬਲਕਿ ਉਹਦੇ ਤੋਂ ਵੀ ਬਹੁਤ ਬੁਰੀ ਹਾਰ ਹੋ ਗਈ ਉਦੋਂ ਵੱਡੇ ਬਾਦਲ ਸਾਹਿਬ ਦੀ ਚੰਡੀਗੜ੍ਹ ਆਉਣ ਦੀ ਪੋਜੀਸ਼ਨ ਨਹੀਂ ਸੀ ਫਿਰ ਵੀ ਉਹਨਾਂ ਨੂੰ ਮੀਟਿੰਗ 'ਚ ਲਿਆਂਦਾ ਗਿਆ ਤੇ ਉੱਥੇ ਕੁਝ ਲੋਕਾਂ ਨੇ ਜਦੋਂ ਵਿਰੋਧ ਕੀਤਾ ਤੇ ਤਿੱਖਾ ਵਿਰੋਧ ਕੀਤਾ ਤੇ ਵੱਡੇ ਬਾਦਲ ਸਾਹਿਬ ਨੇ ਆਖਿਆ ਫਿਰ ਤੁਸੀਂ ਗੱਲਾਂ ਕਰਨੂ ਕਰਦੇ ਸਿੱਧਾ ਇਹ ਕਹਿ ਦਿਓ ਕਿ ਸੁਖਬੀਰ ਸਿੰਘ ਬਾਦਲ ਨੂੰ ਤੁਰ ਜਾਵੇ ਉਹਨਾਂ ਦੇ ਦਖਲ ਤੋਂ ਬਾਅਦ ਪੁਰਾਣੇ ਸਾਥੀ ਚੁੱਪ ਕਰ ਗਏ ਮਾਮਲਾ ਉਦੋਂ ਲਟਕ ਗਿਆ ਸੀ ਮੈਂ ਇਹ ਸਮਝਿਆ ਕਿ ਉਹ ਇੱਕ ਮੌਕਾ ਸੀ ਜੇ ਸੁਖਬੀਰ ਸਿੰਘ ਬਾਦਲ ਨੇ ਉਸ ਦਿਨ ਆਪਣਾ ਅਸਤੀਫਾ ਪੇਸ਼ ਕਰ ਦਿੱਤਾ ਹੁੰਦਾ ਇੱਕ ਤਰੀਕਾ ਕਾਂਗਰਸ ਵਾਲਿਆਂ ਨੂੰ ਲੱਭਿਆ ਨਾ ਉਹਨਾਂ ਨੇ ਮਲਕਰਜਨ ਖੜਗੇ ਨੂੰ ਪ੍ਰਧਾਨ ਬਣਾਤਾ ਸਿਰਫ ਪ੍ਰਧਾਨ ਹੀ ਬਣਾਤਾ ਪ੍ਰਧਾਨਗੀ ਤਾਂ ਨਹੀਂ ਉਹ ਕਰ ਰਿਹਾ ਸਾਰੇ ਦੇ ਸਾਰੇ ਫੈਸਲੇ ਤਾਂ ਅਜੇ ਤੱਕ ਵੀ ਮਾਪੁੱਤ ਕਰਦੇ ਪਏ ਨੇ ਸੋਨੀਆ ਗਾਂਧੀ ਉਹਦਾ ਪੁੱਤਰ ਰਾਹੁਲ ਗਾਂਧੀ ਤੇ ਉਹਦੀ ਭੈਣ ਪ੍ਰਿਯੰਕਾ ਗਾਂਧੀ ਨਹਿਰੂ ਗਾਂਧੀ ਪਰਿਵਾਰ ਕਰਦਾ ਪਿਆ ਉਸ ਮੌਕੇ ਜੇ ਇਹਨਾਂ ਨੇ 2022 ਦੇ ਵਿੱਚ ਇਸ ਤਰ੍ਹਾਂ ਦੀ ਸਥਿਤੀ ਪੈਦਾ ਕਰ ਲਈ ਹੁੰਦੀ بڑے ਲੀਡਰ ਸੀ ਜਿਹੜੇ ਕਹਿੰਦੇ ਸੀ ਆਪਣੀ ਮਰਜ਼ੀ ਦੇ ਬੰਦੇ ਨੂੰ ਪ੍ਰਧਾਨਗੀ ਸੌਂਪ ਦਿਓ ਹੁਣ ਬਲਵਿੰਦਰ ਸਿੰਘ ਭੁੰਦਰ ਨੂੰ ਪ੍ਰਧਾਨਗੀ ਸੌਂਪੀ ਹੈ ਬਲਵਿੰਦਰ ਸਿੰਘ ਭੁੰਦਰ ਸਾਰੀ ਉਮਰ ਉਹਨੇ ਕਦੇ ਲੀਡਰੀ ਕੀਤੀ ਨਹੀਂ ਲੀਡਰਾਂ ਦੇ ਨਾਲ ਰਹਿ ਕੇ ਉਹਨਾਂ ਦਾ ਸਾਥ ਦੇ ਕੇ ਇੱਥੋਂ ਤੱਕ ਪਹੁੰਚਿਆ ਪਰ ਆਪ ਉਹਨੇ ਜਿਹੜੇ ਕਮਾਂਡ ਕਰਨ ਵਾਲੇ ਫੈਸਲੇ ਆ ਨਾ ਕਦੇ ਲੈ ਆ ਤੇ ਨਾ ਲੈਣ ਦੀ ਜ਼ਿੰਮੇਵਾਰੀ ਅੱਜ ਤੱਕ ਉੱਤੇ ਪਈ ਹੈ ਸਿੰਧੀ ਇਹ ਪਹਿਲੀ ਵਾਰ ਹੈ ਕਿ ਉਹਨੂੰ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਜ਼ਿੰਮੇਵਾਰੀ ਸੌਂਪੀ ਗਈ ਤੇ ਜ਼ਿੰਮੇਵਾਰੀ ਉਹ ਕਿਸ ਤਰ੍ਹਾਂ ਨਿਭਾਉਦਾ ਹੈ ਇਹਦੇ ਵਿੱਚ ਕੀ ਕੋਈ ਛੜਛਣਾ ਆਉਂਦੀਆਂ ਜੀ ਉਹਨਾਂ ਦੀ ਪਾਰਟੀ ਜਾਣੇ ਉਹਨਾਂ ਦੇ ਜਿਹੜੇ ਵਿਰੋਧੀ ਆ ਉਹਨਾਂ ਨੇ ਵੀ ਬੜੇ ਨੁਕਸ ਕੱਢੇ মিডিਆ ਵਿੱਚ ਵੀ ਇਹ ਗੱਲ ਆਈ ਕਿ ਕਾਰਜਕਾਰੀ ਪ੍ਰਧਾਨ ਪ੍ਰਧਾਨ ਦੇ ਤੌਰ ਤੇ ਨਹੀਂ ਚੱਲ ਰਿਹਾ ਅਜੇ ਵੀ ਇਸ ਤਰ੍ਹਾਂ ਚੱਲਦਾ ਜਿਵੇਂ ਹਰ ਗੱਲ ਪੁਸਤਕੇ ਕਰਦਾ ਹੋਵੇ ਔਰ ਖਾਸ ਤੌਰ ਤੇ ਦੋ ਤਿੰਨ ਮੀਟਿੰਗਾਂ ਦਾ ਰੌਲਾ ਬਹੁਤ ਪਿਆ ਸੀ ਉਹਦੇ ਤੋਂ ਬਾਅਦ ਹਾਲਾਤ ਪਹਿਲਾਂ ਨਾਲੋਂ ਹੋਰ ਖਰਾਬ ਹੁੰਦੇ ਗਏ ਮੈਂ ਇਹ ਸਮਝਦਾ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਲੱਗੇ ਸਲਾਹਕਾਰ ਜੜੇ ਉਹ ਕੁਝ ਜ਼ਿਆਦਾ ਸਿਆਣੇ ਨਹੀਂ ਸਨ ਜੇ ਸਿਆਣੇ ਹੁੰਦੇ ਤੇ ਇੰਨੇ ਹਾਲਾਤ ਵਿਗੜਨ ਤੋਂ ਪਹਿਲਾਂ ਪਹਿਲਾਂ ਕਿਸੇ ਮੋੜ ਤੇ دخل ਦੇ ਦਿੰਦੇ ਉਹ ਸ਼ਾਇਦ ਇਹ ਸਮਝਦੇ ਜਾਨ ਕਿ ਲਮਕਾ ਦਿਓ ਲਮਕਾ ਦਿਓ ਲਮਕਾ ਦਿਓ ਇੰਨਾ ਲਮਕਾ ਦਿਓ ਕਿ ਅਖੀਰ ਤੇ ਜਾ ਕੇ ਲੋਕੀ ਸੋ ਚਲ ਛਡੋ ਜੀ ਕੀ ਐਚ ਪਿਆ ਉਹ ਗੱਲ ਹੋ ਨਹੀਂ ਸਕੀ ਹਾਲਾਤ ਪਰੋਂ ਪਰ ਹੋਰ ਵਿਗੜਦੇ ਪਏ ਅੰਤ ਨੂੰ ਅੱਜ ਜਾ ਕੇ ਸੁਖਬੀਰ ਸਿੰਘ ਬਾਦਲ ਨੂੰ ਉਹੋ ਹੀ ਅਸਤੀਫਾ ਦੇਣਾ ਪਿਆ ਜਿਹੜਾ ਹੁਣ ਤੱਕ ਦੇਣ ਤੋਂ ਉਹਨੇ ਕਰਨੀ ਕਤਰਾਈ ਸੀ ਅੱਜ ਵੀ ਜੇ ਉਹ ਅਸਤੀਫਾ ਦੇ ਦਿੱਤਾ ਮੈਨੂੰ ਨਹੀਂ ਪਤਾ ਅਸਤੀਫਾ ਦੇਣ ਲੱਗਿਆਂ ਜਿਸ ਤਰ੍ਹਾਂ ਡਾਕਟਰ ਦਲਜੀਤ ਸਿੰਘ ਚਿਮੇ ਨੇ ਪੋਸਟ ਭਾਈ ਉਹਨਾਂ ਕਾ ਅਸਤੀਫਾ ਹੈ ਜਾਂ ਇਹਦੇ ਤੋਂ ਵੱਧ ਵੀ ਉਹ ਚ ਕੁਝ ਲਿਖਿਆ ਜਿਹਨੇ ਜਿਹੜੀ ਅਕਾਲ ਤਖਤ ਸਾਹਿਬ ਨੂੰ ਚਿੱਠੀ ਪੇਸ਼ ਕੀਤੀ ਆ ਪਿਛਲੇ ਹਫ਼ਤੇ ਉਹ ਚਿੱਠੀ ਉੱਤੇ ਵੀ ਕੁਝ ਲੋਕਾਂ ਕਿੰਤੂ ਪਰੰਤੂ ਕੀਤਾ ਸੀ ਜੇ ਤੇ ਅਸਤੀਫਾ ਸਿਰਫ ਅਸਤੀਫਾ ਹੋਵੇ ਫਿਰ ਤਾਂ ਕੋਈ ਗੱਲ ਨਹੀਂ ਜੇ ਉਹਦੇ ਵਿੱਚ ਵੀ ਕੋਈ ਇਫਬਟ ਲਾਈ ਹੋਈ ਲੋਕੀ ਫਿਰ ਗੱਲਾਂ ਕਰਨਗੇ ਇਸ ਮਸਲੇ ਨੂੰ ਜੇ ਨਿਪਟਾਉਣਾ ਤੇ ਵੱਡੀ ਹਲੀਮੀ ਵੱਡੀ ਨਿਰਮਾਣਤਾ ਦੀ ਲੋੜ ਹੈ ਤੇ ਉਹ ਅਕਾਲੀ ਦਲ ਦੇ ਲੀਡਰਸ਼ਿਪ ਖਾਸ ਤੌਰ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵਕਾਉਣੀ ਚਾਹੀਦੀ ਹੈ ਖਾਸ ਤੌਰ ਤੇ ਜਦੋਂ ਸੋਸ਼ਲ ਮੀਡੀਆ ਵੀ ਪੰਜਾਬ ਦੇ ਲੋਕ ਵੀ ਖਾਸ ਕਰਕੇ ਅਕਾਲੀ ਦਲ ਦੇ ਜਿਹੜੇ ਪੀੜ੍ਹੀਓ ਪੀੜ੍ਹੀ ਪੱਕੇ ਵਰਕਰ ਤੁਰੇ ਆਏ ਹਨ ਜਦੋਂ ਸਾਰੇ ਲੋਕ ਇਹ ਗੱਲਾਂ ਕਰਦੇ ਪਏ ਹੋਣ ਇਹੋ ਜਿਹੇ ਹਾਲਾਤ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਬਹੁਤ ਸੰਭਲ ਕੇ ਚੱਲਣ ਦੀ ਲੋੜ ਸੀ ਅਜੇ ਤੱਕ ਚੱਲ ਨਹੀਂ ਸਕਿਆ ਪਰ ਹੁਣ ਉਹਨੂੰ ਹਰ ਕਦਮ ਸੋਚ-ਸੋਚ ਕੇ ਪੁੱਟਣਾ ਚਾਹੀਦਾ ਅਸੀਫਾ ਦੇ ਦਿੱਤਾ ਇਹਨੂੰ ਸਾਰੇ ਠੀਕ ਆਖਣਗੇ ਕੋਈ ਇਹ ਨਹੀਂ ਆਖੇਗਾ ਕਿ ਕਿਉਂ ਦਿੱਤਾ ਤੇ ਗਲਤ ਹੋ ਗਿਆ ਬਿਲਕੁਲ ਠੀਕ ਪੰਡਤ ਸਾਹਿਬ ਤੇ ਪੰਡਤ ਸਾਹਿਬ ਹੁਣ ਗੱਲ ਪੰਜਾਬ ਦੀ ਕਿਸਾਨੀ ਦੀ ਕਰਨੀ ਹੈ ਇਸ ਵੇਲੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੀ ਕਿਸਾਨੀ ਦੇ ਉੱਤੇ 60-70 ਵਾਲੀ ਸਥਿਤੀ ਹੈ ਯਾਨੀ ਕਿ ਪੰਜਾਬ ਦੇ ਕਿਸਾਨ ਪਹਿਲਾਂ ਮੰਡੀਆਂ ਚ ਰੁੱਲ ਰਹੇ ਸੀਗੇ ਕਿ ਝੋਨਾ ਨਹੀਂ ਵਿਖਰੇਆ ਤੇ ਹੁਣ ਜਦੋਂ ਝੋਨਾ ਵੇਚਿਆ ਫਿਰ ਹੁਣ ਕਹਿੰਦੇ ਪੰਜਾਬ ਦੇ ਜਿਹੜੇ ਚੌਲਾਂ ਦੇ ਸਿੰਪਲ ਨੇ ਉਹ ਫੇਲ ਹੋ ਰਹੇ ਨੇ ਪਹਿਲਾਂ ਅਰਨਾਚਲ ਤੇ ਕਰਨਾਟਕ ਨੇ ਸੂਬਿਆਂ ਨੇ ਇਹ ਰੱਦ ਕਰਤੇ ਹੁਣ ਅਸਾਮ ਤੇ ਨਾਗਾਲੈਂਡ ਨੇ ਕਰਤੇ ਪੰਡਤ ਸਾਹਿਬ ਇਹ ਜਾਣ ਪੁੱਛ ਕੇ ਹੋ ਰਿਹਾ ਜਾਂ ਫਿਰ ਜਿਹੜੇ ਇਹ ਚੌੜਾ ਦੇ ਨਮੂਨੇ ਨੇ ਇਹ ਠੀਕ ਨਹੀਂ ਹੈ ਹੋ ਸਕਦਾ ਅਗਲੇ ਅੰਦਰਾਂ ਦੇ ਵਿੱਚ ਮਨੀਪੁਰ ਮਿਜ਼ੋਰਮ ਮਗਾਲਿਆ ਤ੍ਰਿਪੁਰਾ ਆਦੋ ਵੀ ਕਰਵਾ ਦੇਣ ਮੈਂ ਕਰਦੇ ਨਹੀਂ ਕਹਿ ਰਿਹਾ ਮੈਂ ਕਰਵਾ ਦੇਣ ਕਹਿ ਰਿਹਾ ਜਾਣ ਬੁਝ ਕੇ ਲੋਕੀਂ ਵਰਤਿਆ ਜਦੋਂ ਅਸੀਂ ਛੋਟੇ ਹੁੰਦੇ ਸੀ 13ਵੇਂ ਮਹੀਨੇ ਚ ਘਰਾਂ ਚ ਕਾਨੂੰਨੀ ਸੀ ਹੁੰਦਾ ਤੇ ਅਮਰੀਕਾ ਤੋਂ ਆਏ dane ਸਰਕਾਰ ਬਣਦੀ ਸੀ 13ਵਾਂ ਮਹੀਨਾ ਉਹਨੂੰ ਕਹਿੰਦੇ ਆ ਸਾਲ ਦੇ ਮਹੀਨੇ ਦੇ ਬਾਹਰ ਹੁੰਦੇ ਆ ਜਿਹੜਾ 12ਵਾਂ ਮਹੀਨਾ ਸਿਰ ਵਿੱਚ ਦਾਣੇ ਮੁੱਕ ਜਾਂਦੇ ਸੀ ਇਸ ਕਰਕੇ ਉਹ ਦੋ ਮਹੀਨੇ ਜਿਹੜਾ ਔਖਾ ਲੱਗਦਾ ਸੀ ਇਹਨੂੰ 13ਵਾਂ ਮਹੀਨਾ ਕਹਿੰਦੇ ਹੁੰਦੇ ਸੀ ਉਦੋਂ ਗੱਡਿਆਂ ਦੇ ਉੱਤੇ ਕਣਕ ਲੱਦ ਕੇ ਪਿੰਡਾਂ ਚਾਉਂਦੇ ਸੀ ਤੇ ਸਰਪੰਚ ਤੇ ਨੰਬਰਦਾਰ ਦੀ ਅਗਵਾਈ ਚ ਲੋਕਰ ਵੜ ਜਾਂਦੀ ਸੀ ਫਿਰ ਪੰਜਾਬ ਦੇ ਲੋਕਾਂ ਨੇ ਖੇਤੀ ਵਿੱਚ ਕਮਾਲ ਕੀਤੀ ਸਾਡੀ ਐਗਰੀਕਲਚਰ ਯੂਨੀਵਰਸਿਟੀ ਨੇ ਅਗਵਾਈ ਕੀਤੀ ਸਾਡੀ ਸਰਕਾਰ ਨੇ ਉਸ ਵਕਤ ਦੀ ਨੇ ਸਰਕਾਰ ਨੇ ਨਹੀਂ ਸਰਕਾਰਾਂ ਨੇ ਹਰ ਰੰਗ ਦੀਆਂ ਸਰਕਾਰਾਂ ਨੇ ਸਾਥ ਦਿੱਤਾ ਕੋਈ ਨਾ ਕੋਈ ਕੀਤਾ ਹੀ ਹੈ ਪੰਜਾਬ ਸਾਰੇ ਦੇਸ਼ ਦਾ ਢਿੱਡ ਪਰਨ ਜੋਗਾ ਹੋ ਗਿਆ ਪਰ ਢਿੱਡ ਪਰੰਤੋਂ ਅੱਗੇ ਵੱਧ ਕੇ ਜੋ ਕੁਛ ਕੀਤਾ ਗਿਆ ਉਹਦੀ ਕਦਰ ਨਹੀਂ ਪਈ। ਐਸ ਵੇਲੇ ਤੱਕ ਜਿਹੜੀ ਕਦਰ ਪੈਣੀ ਚਾਹੀਦੀ ਸੀ ਉਹ ਨਹੀਂ ਪੈ ਸਕੀ। ਹੁਣ ਤੱਕ ਸਾਡੇ ਚੌਲਾ 'ਚ ਕਦੇ ਕੋਈ ਨੁਕਸਾਨ ਨਹੀਂ ਨਿਕਲਿਆ। ਹੁਣ ਇੱਕਦਮ ਨੁਕਸਾਨ ਨਿਕਲਣ ਲੱਗ ਪਿਆ। ਇੱਕ ਦੋ ਵਾਰ ਵਿਦੇਸ਼ ਵਿੱਚ ਗਈਆਂ ਜਿਹੜੀਆਂ ਗੱਡੀਆਂ ਐਕਸਪੋਰਟ ਵਾਸਤੇ ਸੀ ਉਹਨਾਂ 'ਚ ਹੀਰਾ ਫਿਰੀ ਹੋਈ ਸੀ। ਤੇ ਉਹ ਇੱਥੋਂ ਦੇ ਖੁਰਾਕ ਸਪਲਾਈ ਦੇ ਕੇਂਦਰ ਤੇ ਪੰਜਾਬ ਦੇ ਅਫਸਰਾਂ ਨੇ ਕੀਤੀ ਸੀ ਇਹ ਸੋਚ ਕੇ ਕਿ ਲਾਗੀਆਂ ਨੇ ਲਾਗ ਲੈ ਲੈਣਾ ਭਾਵੇਂ ਜਾਂਦੀ ਡੰਡੀ ਹੋਵੇ। ਉਹਨਾਂ ਨੇ ਗੱਡੀਆਂ ਭਰ ਕੇ ਭੇਜਦੀਆਂ ਕਿ ਉੱਥੇ ਜਾ ਕੇ ਰੱਦ ਹੁੰਦੀਆਂ ਤੇ ਹੋ ਜਾਣਾ ਆਪਾਂ ਆਪਣਾ ਕਮਿਸ਼ਨ ਕਮਾ ਲਈਏ। ਉਹ ਫੜੀਆਂ ਗਏ ਸਨ। ਪਰ ਪੰਜਾਬ ਤੋਂ ਗਈ ਕਣਕ ਇੱਕ ਜਾਂ ਦੂਸਰੇ ਸੂਬੇ 'ਚ ਕਦੇ ਇੰਨੇ ਨੁਕਸ ਨਹੀਂ ਸਨ ਕੱਢੇ ਗਏ ਉਹ ਖੁੰਦੇ ਵੀ ਸਨ ਤੇ ਲੁਕ ਜਾਂਦੇ ਸਨ। ਐਸ ਵੇਲੇ ਕੇਂਦਰ ਸਰਕਾਰ ਦਾ ਮੂਡ ਕੁਝ ਹੋਰ ਜਾਪਦਾ। ਆ ਜਿਹੜਾ ਹਰਿਆਣੇ ਦੀ ਵਿਧਾਨ ਸਭਾ ਵਾਸਤੇ ਜ਼ਮੀਨ ਦੋਣੀ, ਐਸ ਵੇਲੇ ਨਾ ਲੋਕ ਸਭਾ ਚੋਣਾਂ ਨਾ ਪੰਜਾਬ ਦੇ ਚ ਹਰਿਆਣਾ ਦੇ ਚ ਦੋਵਾਂ 'ਚ ਕਿਦੇ ਵਿਧਾਨ ਸਭਾ ਚੋਣਾਂ। ਐਸ ਵੇਲੇ ਕਿ ਲੋੜ ਸੀ ਕਿਹੜਾ ਲੋਕਾਂ ਨੂੰ ਪਰਵਾਉਣਾ ਸੀ? ਜਾਂ ਕੁਝ ਦਿਨਾਂ ਤੋਂ ਰਵਨੀਤ ਸਿੰਘ ਬਿੱਟੂ ਦੀ ਬਿਆਨਬਾਜ਼ੀ ਕੁਝ ਹੋਰਾਂ ਦੀ ਬਿਆਨਬਾਜ਼ੀ ਇਹਦੇ ਤੋਂ ਆਮ ਲੋਕਾਂ 'ਤੇ ਪ੍ਰਭਾਵ ਹੀ ਪੈਂਦਾ ਪਿਆ ਕਿ ਇਸ ਵੇਲੇ ਪੰਜਾਬ ਦੇ ਖਿਲਾਫ ਇੱਕ ਖਾਸ ਕਿਸਮ ਦਾ ਮਾਹੌਲ ਇੱਕ ਖਾਸ ਕਿਸਮ ਦਾ ਵਰਤਾਨ ਸਿਰਜਿਆ ਜਾ ਰਿਹਾ ਜਿਹਦੇ 'ਚ ਪੰਜਾਬ ਦੀ ਹਰ ਗੱਲ ਹੀ ਮਾੜੀ ਲੱਗਣ ਲੱਗ ਪਈ ਆ ਕੁਝ ਵੀ ਗਲਤ ਕਰੋ ਉਹਨਾਂ ਦੇ ਵਿੱਚੋਂ ਬਸ ਉਹੋ ਜੇ ਬਹਾਨੇ ਚਾਹੀਦੇ ਆ ਤੇਰੇ ਘਰ ਨਹੀਂ ਵਸਣਾ ਤੇਰੀ ਦਾੜੀ ਹਲਦੀ ਆ ਤੁਹਾਡੇ ਚੌਲ ਨਹੀਂ ਖਾਣੇ ਤੁਹਾਡੇ ਦਾੜੀ ਹਲਦੀ ਆ ਇਹ ਇਹ ਪਤਾ ਨਹੀਂ ਇਹ ਕੀ ਕੁਝ ਕਰਦੇ ਪਏ ਆ ਇਹ ਜੋ ਵੀ ਹੁੰਦਾ ਪਿਆ ਉਹਦੇ ਵਿੱਚ ਲੋਕਾਂ ਨੂੰ ਮੈਂ ਨਹੀਂ ਕਹਿੰਦਾ ਮੈਨੂੰ ਲੋਕਾਂ ਨੂੰ ਇਹ ਸ਼ੱਕ ਹੈ ਕਿ ਸਾਰਾ ਕੁਝ ਇੱਕ ਗਿਣੀ ਮਿਥੀ ਸੋਚ ਦੇ ਅਧੀਨ ਇੱਕ ਗਿਣੀ ਮਿਥੀ ਸਕੀਮ ਦੇ ਅਧੀਨ ਕੀਤਾ ਜਾ ਰਿਹਾ ਸੋਚ ਦੇ ਤੇ ਸਕੀਮ ਦੋਵਾਂ ਦੇ ਇਹ ਸੱਚ ਹੈ ਕਿ ਨਹੀਂ ਇਹ ਤਾਂ ਕਰਨ ਵਾਲੇ ਜਾਣਦੇ ਹੋਣਗੇ ਪਰ ਇੱਕ ਪਿੱਛੋਂ ਦੂਸਰੇ ਰਾਜ 'ਚ ਇਦਾਂ ਰੱਦ ਕੀਤੇ ਜਾਣੇ ਇਹ ਐਵੇਂ ਨਹੀਂ ਹੋ ਸਕਦਾ ਜੀ ਪੰਨੂ ਸਾਹਿਬ ਹੁਣ ਗੱਲ ਉੱਤਰ ਪ੍ਰਦੇਸ਼ ਤੇ ਛਾਂਸੀ ਦੀ ਕਰਨੀ ਹੈ ਉੱਥੇ ਮੈਡੀਕਲ ਕਾਲਜ ਦੇ ਵਿੱਚ ਅਕਲਕੀ ਹੈ ਅਗ ਦੀ ਲਪੇਟ ਦੇ ਵਿੱਚ ਆਉਣ ਕਰਕੇ 10 ਬੱਚਿਆਂ ਦੀ ਮੌਤ ਹੋ ਗਈ ਹੈ ਜੀ ਇਹ ਪੂਰਾ ਮਾਮਲਾ ਕੀ ਹੈ ਜੀ ਨਤਪ੍ਰੀਤ ਜੀ ਇਹ ਜਿਹੜੀ ਅੱਗ ਲੱਗੀ ਤੇ ਬੱਚੇ ਮਾਰੇ ਗਏ 10 ਮਾਰੇ ਗਏ 35 40 ਜ਼ਖਮੀ ਹੋਏ ਨੇ ਪਤਾ ਨਹੀਂ ਅਸੀਂ ਸੁੱਖ ਮੰਗਾਂਗੇ ਕਿ ਮਾਂ-ਬਾਪ ਨੂੰ ਬੱਚੇ ਬਹੁਤ ਪਿਆਰੇ ਹੁੰਦੇ ਉਹਨਾਂ ਦੇ ਬੱਚੇ ਬਚੇ ਰਣ ਜਿਹਨੀਆਂ ਮੌਤਾਂ ਹੋ ਗਈਆਂ ਉਹ ਵੀ ਬਹੁਤ ਪਰ ਇਹ ਕਿਸੇ ਦੇ ਵਾਸਤੇ ਦੀ ਗੱਲ ਨਹੀਂ ਕਿ ਉੱਥੇ ਸਿਰਫ ਕਾਮਨਾ ਕਰਕੇ ਤੇ ਕਿਸੇ ਨੂੰ ਬਚਾ ਸਕੇ ਕਰਨਾ ਉੱਥੇ ਡਾਕਟਰ ਆਣੇ ਤੇ ਅਗਵਾਈ ਸਰਕਾਰ ਨੇ ਕਰਨੀਆਂ ਇਹ ਪਹਿਲੀ ਗੱਲ ਦੂਜੀ ਇੱਕ ਇਹਨੂੰ ਅਸੀਂ ਕਿਸੇ ਦੂਸਰੇ ਦੇਸ਼ ਦੀ ਸਾਜ਼ਿਸ਼ ਨਹੀਂ ਕਹਿ ਸਕਦੇ ਇਹਨੂੰ ਕੋਈ ਅਤਵਾਦੀ ਕਾਰਵਾਈ ਨਹੀਂ ਕਹਿ ਸਕਦੇ ਇਹ ਤਾਂ ਸਾਫ਼ ਦਿਖਦਾ ਕਿ ਉੱਥੇ ਹਸਪਤਾਲ ਦਾ ਪ੍ਰਬੰਧ ਮਾੜਾ ਹੈ ਤੇ ਇੰਨਾ ਮਾੜਾ ਹੈ ਕਿ ਕਿਸੇ ਨੇ ਚੈੱਕ ਹੀ ਨਹੀਂ ਕੀਤਾ ਉਹਦੇ ਚੋਂ ਫਿਰ ਦੋ ਕਦਮ ਨੇ ਪਹਿਲੀ ਗੱਲ ਤਾਂ ਇਹ ਕਿ ਉੱਥੇ ਅੰਦਰ ਸਰਕਟ ਸ਼ਾਰਟ ਹੋਇਆ ਜਾਂ ਕੋਈ ਹੋਰ ਉੱਥੇ ਕੋਈ ਇੰਸਟਰੂਮੈਂਟ ਹੈ ਉਹ ਜਿਸ ਦੇ ਵਿੱਚ ਕੋਈ ਨੁਕਸ ਪੈ ਗਿਆ ਦੋਵਾਂ ਹਾਲਤਾਂ ਚ ਹਸਪਤਾਲ ਦੀ ਮੈਨੇਜਮੈਂਟ ਹਸਪਤਾਲ ਦਾ ਪ੍ਰਬੰਧ ਜ਼ਿੰਮੇਵਾਰ ਹੈ ਉੱਥੋਂ ਦੇ ਮੈਡੀਕਲ ਸੁਪਰਡੈਂਟ ਉਸ ਕਾਲਜ ਦਾ ਪ੍ਰਿੰਸੀਪਲ ਉੱਥੋਂ ਦੇ ਬਾਕੀ ਸਾਰੇ ਜਣੇ ਉਹ ਜ਼ਿੰਮੇਵਾਰ ਨੇ ਉੱਥੋਂ ਦਾ ਸਿਹਤ ਵਿਭਾਗ ਦੇ ਮੰਤਰੀ ਤੇ ਉੱਥੋਂ ਦੇ ਬਾਕੀ ਜਿਹੜੇ ਸਿਹਤ ਵਿਭਾਗ ਦੇ ਅਧਿਕਾਰੀ ਉਹ ਜ਼ਿੰਮੇਵਾਰ ਆ ਜਿਨ੍ਹਾਂ ਨੇ ਆਪਣੀ ਸੁਪਰਵਾਈਜ਼ਰ ਦੀ ਜ਼ਿੰਮੇਵਾਰੀ ਪੂਰੀ ਨਹੀਂ ਨਿਭਾਈ ਇਹ ਗੱਲ ਇੱਕ ਆ ਦੂਸਰਾ ਪੜਾ ਇਹ ਆ ਕਿ ਜੇ ਅੱਗ ਲੱਗ ਜਾਈ ਜਾਂਦੀ ਹੈ ਕਿਸੇ ਵੀ ਥਾਂ ਤੇ ਅੱਗ ਲੱਗ ਜਾਵੇ ਤੇ ਉਹਨੂੰ ਫਿਰ ਕੰਟਰੋਲ ਕਰਨ ਦਾ ਯਤਨ ਕੀਤਾ ਜਾਂਦਾ ਹੈ ਕੀ ਹਸਪਤਾਲ ਦੇ ਵਿੱਚ ਅੱਗ ਬੁਝਾਉਣ ਦੇ ਕੋਈ ਪ੍ਰਬੰਧ ਹੀ ਨਹੀਂ ਸਨ ਅਸੀਂ ਵਿਦੇਸ਼ਾਂ 'ਚ ਵੇਖਿਆ ਥਾਂ ਥਾਂ ਦੇ ਉੱਤੇ ਉਹ ਅੱਗ ਬੁਝਾਉਣ ਵਾਲੇ ਡੱਬੇ ਜਿਹੜੇ ਛੋਟੇ-ਛੋਟੇ ਸਿਲੰਡਰ ਹੈ ਉਹ ਟੰਗੇ ਹੁੰਦੇ ਆ ਔਰ ਅੱਜ ਕੱਲ ਛੋਟੇ ਸਿਲੰਡਰ ਇਹੋ ਜਿਹੇ ਆ ਗਏ ਆ ਜਿਹੜੇ ਬੰਦਾ ਕੋਟ ਦੀ ਜੇਬ 'ਚ ਪਾ ਕੇ ਲਿਜਾ ਸਕਦਾ ਉਹ ਬੜੀ ਵੱਡੀ ਸਮਰੱਥਾ ਵਾਲੇ ਹੁੰਦੇ ਆ ਤੇ ਬੜੀ ਤੇਜ਼ੀ ਨਾਲ ਅੱਗ ਬੁਝਾਉਂਦੇ ਆ ਕੀ ਹਸਪਤਾਲ ਨੇ ਇਹੋ ਜਿਹਾ ਕੋਈ ਪ੍ਰਬੰਧ ਕੀਤੇ ਸੀ ਤੀਸਰੀ ਗੱਲ ਸਾਡੇ ਲੋਕਾਂ ਦੀ ਮਾਨਸਿਕਤਾ ਮੇਰੇ ਇੱਕ ਮਿੱਤਰ ਨੇ ਇੱਥੇ ਬਹੁਤ ਵੱਡਾ ਸ਼ੋਰੂਮ ਖੋਲ੍ਹਿਆ ਵੱਡਾ ਕਾਰੋਬਾਰ ਸੀ ਉਦਘਾਟਨ ਤੇ ਸਾਨੂੰ ਸੱਦ ਲਿਆ ਮੈਂ ਅੰਦਰ ਚੱਕਰ ਮਾਰਿਆ ਤੇ ਚੱਕਰ ਮਾਰਨ ਤੋਂ ਬਾਅਦ ਉਹਨੂੰ ਆਖਿਆ ਮੈਂ ਕਿਹਾ ਬਾਕੀ ਸਾਰਾ ਕੁਝ ਤੈਨੂੰ ਵੇਖਾਇਆ ਤੁਹਾਡੇ ਅੱਗ ਬੁਝਾਉਣ ਵਾਲੇ ਸਿਲੰਡਰ ਮੈਨੂੰ ਕਿਤੇ ਨਹੀਂ ਦਿਸੇ ਤੁਸੀਂ ਉਹ じゃ ਕੋਈ ਫਾਇਰ ਫਾਈਟਿੰਗ ਦਾ ਇੰਤਜ਼ਾਮ ਕੀਤਾ ਦੋਸਤ ਨੇ ਬੋਲਿਆ ਕਾਫੀ ਪੀਂਦਿਆਂ ਉਹਦੇ ਨਾਲ ਖੜਾ ਇੱਕ ਬੰਦਾ ਕਹਿੰਦਾ ਅਜੀ ਉਹਨਾਂ ਕਾਰੋਬਾਰ ਸ਼ੁਰੂ ਕਰਨਾ ਤੇ ਤੂੰ ਪਹਿਲਾਂ ਹੀ ਬਲੱਸਣੀਆਂ ਅੱਖ ਲੈਣੀਆਂ ਗੱਲਾਂ ਕਰਨੀਆਂ ਸ਼ੁਰੂ ਕਰਦੇ ਵਦੇਸ਼ਾਂ ਵਿੱਚ ਜਾਓ ਉੱਥੇ ਸਭ ਤੋਂ ਪਹਿਲੀ ਗੱਲ ਉਹ ਦੇਖ ਕੇ ਅੱਗ ਬੁਝਾਉਣ ਦੇ ਕਿਸੇ ਹੋਰ ਐਮਰਜੈਂਸੀ ਦੇ ਪ੍ਰਬੰਧ ਤੁਸੀਂ ਕੋਈ ਕੀਤੇ ਹੋਏ ਆ ਤੁਸੀਂ ਇੰਸ਼ੋਰੈਂਸ ਕਰਾਈ ਆ ਤੁਸੀਂ ਫਾਇਰ ਐਗਜ਼ਿਟ ਵਾਸਤੇ ਰਾ ਲੱਭੇ ਆ ਕਿਸੇ ਵੀ ਦਫ਼ਤਰ ਵਿੱਚ ਚਲ ਜਾਓ ਕਿਸੇ ਸਕੂਲ ਚਲ ਜਾਓ ਕਿਸੇ ਦੁਕਾਨ ਚਲ ਜਾਓ ਕਿਸੇ ਹਸਪਤਾਲ ਚਲ ਜਾਓ ਹਰ ਕਮਰੇ ਵਿੱਚ ਇੱਕ ਨਕਸ਼ਾ ਲੱਗਾ ਹੁੰਦਾ ਜਿਹੜੇ ਨਕਸ਼ੇ ਤੇ ਲਿਖਿਆ ਹੁੰਦਾ ਕਿ ਜੇ ਅੱਗ ਲੱਗ ਜਾਵੇ ਤੇ ਐਗਜ਼ਿਟ ਕਿਧਰ ਆ ਤੁਸੀਂ ਇੱਥੇ ਜੇ ਤੁਸੀਂ ਉੱਥੋਂ ਵੇਖ ਲਓ ਤੁਸੀਂ ਜਾਣਾ ਕਿਧਰ ਨੂੰ ਸਾਡੇ 5% ਵੀ ਇਹੋ ਜਿਹੇ ਟਿਕਾਣੇ ਨਹੀਂ ਜਿੱਥੇ ਇਹ ਲੱਗਾ ਹੋਵੇ ਹੁਣ ਕੁਝ ਕੁ ਹੋਟਲਾਂ ਚ ਕੁਝ ਵੱਡੇ ਹਸਪਤਾਲਾਂ ਚ ਮਿਲਣ ਦਾ ਪਿਆ ਬਹੁਤ ਇੰਚ ਨਹੀਂ ਇਹ ਕਿਉਂ ਹੋ ਗਿਆ ਇਹ ਤੋਂ ਅਗਲੀ ਗੱਲ ਇਹ ਕਿ ਕੱਲਾ ਉਸੇ ਹਸਪਤਾਲ ਚ ਹੈ ਕਿ ਤੁਹਾਨੂੰ ਹੋਰ ਕਿਤੇ ਨਹੀਂ ਕਦੇ ਕਿਤੇ ਕਦੇ ਕਿਤੇ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਤੇ ਅਸੀਂ ਲੋਕ ਇਨਾਂ ਘਟਨਾਵਾਂ ਦੇ ਆਦੀ ਹੋ ਗਏ ਅਜੇ ਕੁਝ ਸਾਲ ਪਹਿਲਾਂ ਦੀ ਗੱਲ ਆ ਸਾਡੇ ਪਟਿਆਲੇ ਦੇ ਸਰਕਾਰੀ ਕਾਲਜ ਹਸਪਤਾਲ ਚ ਇਨਕੂਬेटर ਚ ਪਏ ਬੱਚੇ ਕੁਝ ਸੜ ਕੇ ਮਰ ਗਏ ਸਨ ਇਨਕੂਬेटर ਕੀ ਹੁੰਦਾ ਜਿਹੜੇ ਬੱਚੇ ਵਕਤ ਤੋਂ ਪਹਿਲਾਂ ਪੈਦਾ ਹੋ ਜਾਣ ਜਾਂ ਜਨਮ ਵੇਲੇ ਉਹਨਾਂ ਵਿੱਚ ਕਿਸੇ ਕਿਸਮ ਦਾ ਕੋਈ ਸਰੀਰਕ ਨੁਕਸ ਹੋਵੇ ਉਹਨਾਂ ਨੂੰ ਇੱਕ ਮਸ਼ੀਨ 'ਚ ਰੱਖਿਆ ਜਾਂਦਾ ਉਸ ਮਸ਼ੀਨ ਦੇ ਵਿੱਚ ਉਹਨਾਂ ਨੂੰ ਪੂਰੀ ਰਿਲੀਫ ਦਿੱਤੀ ਜਾਂਦੀ ਹੈ ਜਦ ਤੱਕ ਉਹ ਕਾਇਮ ਨਾ ਹੋ ਜਾਣ ਬਾਹਰ ਖੁੱਲੀ ਹਵਾ 'ਚ ਸਾਹ ਲੈਣ ਯੋਗ ਨਾ ਹੋ ਜਾਣ ਉਹਨਾਂ 'ਚ ਉੱਥੇ ਰੱਖੇ ਜਾਂਦੇ ਸਾਡੇ ਉਹ ਇਨਕੂਬेटर ਵਾਲੀ ਮਸ਼ੀਨ ਸੜ ਗਈ ਵਿੱਚ ਇਹ ਬੱਚੇ ਕਿੰਨੇ ਸਾਰੇ ਸੜ ਗਏ ਰੋਲਾ ਪਿਆ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਬਾਕੀ ਥਾਵਾਂ ਤੇ ਕਿੰਨੇ ਕੁ ਪ੍ਰਬੰਧ ਕੀਤੇ ਕਿੰਨੇ ਨਹੀਂ ਕੀਤੇ ਗਏ ਪਰ ਹਾਲਾਤ ਇਦਾਂ ਦੇ ਆ ਕਿ ਜਿੱਥੇ ਅੱਗ ਲੱਗ ਜਾਂਦੀ ਸਾਨੂੰ ਉਹਦਾ ਪਤਾ ਲੱਗਦਾ ਬਾਕੀ ਸਾਰੀਆਂ ਥਾਵਾਂ ਦੀ ਅਸੀਂ ਚਿੰਤਾ ਹੀ ਨਹੀਂ ਕਰਦੇ ਚਾਹੀਦਾ ਇਹ ਹੈ ਕਿ ਇੱਕ ਘਟਨਾ ਹੋਵੇ ਤੇ ਉਸ ਤੋਂ ਬਾਅਦ ਅਸੀਂ ਸਬਕ ਲਈਏ ਅਸੀਂ ਘਟਨਾਵਾਂ ਨੂੰ ਪੜਦੇ ਹਾਂ ਉਹਨਾਂ ਨੂੰ ਖਬਰਾ ਸਮਝਦੇ ਹਾਂ ਛੱਡ ਦਿੰਦੇ ਹਾਂ ਉਹ ਤੋਂ ਅੱਗੇ ਵੱਧ ਕੇ ਕੋਈ ਉਹ ਇੱਕ ਬਾਰੇ ਰਣਨੀਤੀ ਨਹੀਂ ਬਣਾਉਂਦੇ ਕਿਉਂਕਿ ਰਣਨੀਤੀ ਨਹੀਂ ਬਣਾਉਂਦੇ ਇਸ ਕਰਕੇ ਘਟਨਾਵਾਂ ਵਾਰ-ਵਾਰ ਵਾਪਰਦੀਆਂ ਬਹੁਤਾ ਜ਼ੋਰ ਇਸ ਗੱਲ ਤੇ ਨਹੀਂ ਹੁੰਦਾ ਕਿ ਨੁਕਸੀ ਦਾ ਨਿਕਲਿਆ ਉਹਨੂੰ ਸਜ਼ਾ ਕਿ ਦਿੱਤੀ ਗਈ ਮੋਢਲੇ ਤੌਰ ਤੇ ਕੀ ਕਾਰਵਾਈ ਕੀਤੀ ਗਈ ਬਹੁਤਾ ਜ਼ੋਰ ਇਹ ਦੱਸਣ ਤੇ ਹੁੰਦਾ ਕਿ ਸੂਬੇ ਦੇ ਮੁੱਖ ਮੰਤਰੀ ਨੇ ਇੰਨੇ ਪੈਸੇ ਪੀੜਤ ਪਰਿਵਾਰ ਨੂੰ ਦੇ ਦਿੱਤੇ ਤੇ ਪ੍ਰਧਾਨ ਮੰਤਰੀ ਨੇ ਤੇ ਖਜ਼ਾਨਾ ਮੰਤਰੀ ਨੇ ਆਖਿਆ ਜੀ ਅਸੀਂ ਇੰਨੇ ਨੇ ਦੇਾਂਗੇ ਹਸਤਾ ਇਹਨੇ ਪਹਿਲਾਂ ਜਿਨ੍ਹਾਂ ਦੇ ਜਿਗਰ ਤੇ ਟੋਟੇ ਸੜਕੇ ਵਰਗੇ ਉਹਨਾਂ ਨੂੰ ਤੁਸੀਂ ਪੈਸਾ ਨਾਲ ਪਰਜਾਉਣਾ ਚਾਹੁੰਦੇ ਹੋ ਕੋਈ ਹਾਦਸਾ ਹੋਵੇ ਕੋਈ ਅਤਵਾਦੀ ਕਾਰਵਾਈ ਹੋਵੇ ਕੋਈ ਹੋਰ ਘਟਨਾ ਹੋ ਜੇ ਅਸੀਂ ਹਰ ਥਾਂ ਦੇ ਉੱਤੇ ਹਰ ਗੱਲ ਨੂੰ ਸਿਰਫ ਪੈਸਿਆਂ ਨਾਲ ਬੰਦਿਆ ਕੀ ਇਸ ਕਰਕੇ ਬੰਦਿਆ ਕਿ ਸਾਡੇ ਲੀਡਰਾਂ ਦੀ ਸੋਚ ਵੀ ਪੈਸੇ ਕਮਾਉਣ ਪੈਸੇ ਲਾਉਣ ਤੇ ਮੁੜ ਕੇ ਲਾ ਕੇ ਜਿੱਤਣ ਤੋਂ ਬਾਅਦ ਹੋਰ ਕਮਾਉਣ ਤੇ ਟਿਕੀ ਹੋਈ ਹੈ ਇਹ ਸਾਰਾ ਸਮਾਜ ਇਹਨਾਂ ਨੇ ਆਪਣੇ ਵਰਗਾ ਸਮਝ ਲਿਆ ਉਹਦੇ ਬਜਾਏ ਇਹ ਦੱਸੋ ਕਿ ਤੁਸੀਂ ਅੱਗੇ ਤੋਂ ਇਹੋ ਜਿਹੇ ਘਟਨਾਵਾਂ ਨੂੰ ਹੋਣ ਤੋਂ ਰੋਕਣ ਵਾਸਤੇ ਕੀ ਕਰੋਗੇ ਖਬਰਾਂ 'ਚ ਇਹ ਚੀਜ਼ ਨਹੀਂ ਲੱਭ ਰਹੀ ਜੀ ਬਿਲਕੁਲ ਠੀਕ ਪੰਨ ਸਾਹਿਬ ਹੁਣ ਗੱਲ ਹਿਮਾਚਲ ਪ੍ਰਦੇਸ਼ ਦੀ ਕਰਨੀ ਹੈ ਕਿਉਂਕਿ ਅਗਲਾ ਮਾਮਲਾ ਹਿਮਾਚਲ ਪ੍ਰਦੇਸ਼ ਦੇ ਨਾਲ ਜੁੜਿਆ ਹੋਇਆ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਉੱਥੇ ਐਸਪੀ ਤੇ ਐਮਐਲਏ ਦਾ ਰੌਲਾ ਪੈ ਗਿਆ ਤਕਰਾਰ ਉਹਨਾਂ ਦੇ ਵਿੱਚ ਦੇਖਣ ਨੂੰ ਮਿਲੀ ਹੈ ਇਹ ਪੂਰਾ ਮਾਮਲਾ ਕੀ ਹੈ ਜੀ ਜਿਹੜੀ ਐਸਪੀ ਹੈ ਇਲਮਾ ਅਫਰੋਜ਼ ਜਿਹੜੇ ਪੁਲਦਾਨੀ ਦਾ ਨਾਂ ਹੈ ਹੋਈ ਹੈ ਉਸ ਕੁੜੀ ਦਾ ਕਰਦਾਰ ਚੰਗਾ ਉਸ ਕੁੜੀ ਦਾ ਰਿਕਾਰਡ ਚੰਗਾ ਉਸ ਕੁੜੀ ਨੇ ਜਿੱਥੇ-ਜਿੱਥੇ ਗਈ ਕੰਮ ਕਰਕੇ ਵਿਖਾਇਆ ਜੀ ਸਰਕਾਰ ਉਹ ਸੂਬੇ ਚ ਕਾਂਗਰਸ ਪਾਰਟੀ ਦੀ ਆ ਤੇ ਜਿਹੜੇ ਐਮਐਲਏ ਨਾਲ ਝਗੜਾ ਪਿਆ ਉਹਨੇ ਕੋਈ ਕੰਮ ਆਖਿਆ ਨਹੀਂ ਬੀਬੀ ਨੇ ਆਖਿਆ ਕੰਮ ਨਹੀਂ ਕਰਨ ਵਾਲਾ ਐਮਐਲਏ ਵੀ ਹਾਕਮ ਪਾਰਟੀ ਦਾ ਉਹਨੇ ਉੱਠ ਕੇ ਉਹ ਜਾ ਦੋਸ਼ ਲਾਤਾ ਜਿਹੜਾ ਹਾਕਮ ਪਾਰਟੀ ਵਾਲੇ ਨੂੰ ਖਾਸ ਕਰਕੇ ਕਾਂਗਰਸ ਪਾਰਟੀ ਦੇ ਐਮਐਨ ਨੂੰ ਲਾਉਣ ਤੋਂ ਪਹਿਲਾਂ 10 ਵਾਰੀ ਸੋਚਣਾ ਚਾਹੀਦਾ ਸੀ ਤੇ ਜਿਉ ਉਹਨੇ ਮੂੰਹ ਪਾੜ ਕੇ ਉਹਦੀ ਗੱਲ ਕਹਿ ਦਿੱਤੀ ਉਹਦੇ ਮੁੱਖ ਮੰਤਰੀ ਨੂੰ ਉਹਦੀ ਸਰਕਾਰ ਨੂੰ ਉਹਦੀ ਪਾਰਟੀ ਨੂੰ ਪਾਰਟੀ ਦੇ ਕੇਂਦਰ ਚ ਬੈਠੀ ਲੀਡਰਸ਼ਿਪ ਨੂੰ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਮਲਕਰ ਜਨ ਖੜਗੇ ਤੇ ਜਿਹੜਾ ਅਮਲ 'ਚ ਪ੍ਰਧਾਨ ਹੈ ਰਾਹੁਲ ਗਾਂਧੀ ਉਹਨਾਂ ਸਰਦ ਸੋਚਣਾ ਚਾਹੀਦਾ ਹੈ ਕਿ ਹਜੇ ਬੰਦੇਆ ਕਰਨਾ ਕੀ ਹੈ ਉਹਨੇ ਦੋਸ਼ ਲਾਤਾ ਕਿ ਇਸ ਬੀਬੀ ਦੇ ਹਦਿਆ ਇੱਕ ਖਾਸ ਭਾਈਚਾਰੇ ਦੇ ਲੋਕਾਂ ਦੇ ਲਾਇਸੈਂਸ ਵੱਧ ਬਣਦੇ ਪਏ ਅਸਲਾ ਲਾਇਸੈਂਸ ਉਹਨੂੰ ਦੇ ਜਾਂਦੀ ਹੈ ਉਹਦਾ ਰੋਲਾ ਪੈ ਗਿਆ ਫਿਰ ਕਿਸੇ ਨੇ ਰਾਈਟ ਟੂ ਇਨਫਾਰਮੇਸ਼ਨ ਐਕਟ ਦੇ ਵਿੱਚ ਸੂਚਨਾ ਅਧਿਕਾਰ ਦੀ ਅਰਜ਼ੀ ਦੇ ਕੇ ਪੁੱਛ ਲਿਆ ਕਿ ਇਸ ਬੀਬੀ ਦੇ ਵਕਤ ਕਿੰਨੇ ਲਾਇਸੈਂਸ ਬਣੇ ਆ ਤੇ ਕਿੰਨਾ ਅਕੜਾ ਲੋਕਾਂ ਦੇ ਬਣੇ ਆ ਉਹ ਜਿਹੜੇ 100 ਦੇ ਕਰੀਬ ਲਾਇਸੈਂਸ ਬਣੇ ਸਨ ਜਿਹੜੇ ਖਾਸ ਘਟ ਗਿਣਤੀ ਆਮ ਤੌਰ ਤੇ ਭਾਰਤ ਵਿੱਚ ਇਸ ਵੇਲੇ ਕੇਂਦਰ ਵਿੱਚ ਰਾਜ ਕਰਦੇ ਬਹੁਤ ਸਾਰੇ ਰਾਜਾਂ ਦੇ ਰਾਜ ਕਰਦੇ ਧਿਰ ਦੇ ਨਿਸ਼ਾਨੇ ਤੇ ਰਹਿੰਦੀ ਆ ਕਾਂਗਰਸੀ ਲੀਡਰ ਨੇ ਵੀ ਉਸੇ ਦਾ ਨਾਮ ਲਿਆ ਸੀ ਤੇ ਉਹਦੇ ਸਿਰਫ ਦੋ ਲਾਇਸੈਂਸ ਆ ਬਾਕੀ ਦੂਸਰੇ ਲੋਕਾਂ ਦੇ ਲਾਇਸੈਂਸ ਆ ਜਿਹੜੇ ਸ ਬੀਬੀ ਨੇ ਬਣਾਏ ਮੈਂ ਕਹਿੰਦਾ ਜੇ ਕੋਈ ਯੋਗ ਬੰਦਾ ਹੋਵੇ ਤੇ ਕਿਸੇ ਵੀ ਘਟ ਗਿਣਤੀ ਦਾ ਹੋਵੇ ਕਿਸੇ ਵੀ ਬਹੁ ਗਿਣਤੀ ਦਾ ਹੋਵੇ ਕਿਸੇ ਵੀ ਭਾਈਚਾਰੇ ਦਾ ਧਰਮ ਜਾਤ ਦਾ ਹੋਵੇ ਉਹਦਾ ਬਣਨਾ ਚਾਹੀਦਾ ਪਰ ਜੇ ਉਹ ਬੰਦਾ ਯੋਗ ਨਹੀਂ ਜੇ ਉਹਦੀਆਂ ਕਰਤੂਤਾ ਚੰਗੀਆਂ ਨਹੀਂ ਜਿਹਦਾ ਰਿਕਾਰਡ ਮਾੜਾ ਤੇ ਕਿਸੇ ਦਾ ਨਹੀਂ ਬਣਨਾ ਚਾਹੀਦਾ ਸਾਡੇ ਦੇਸ਼ ਵਿੱਚ ਸਾਡੇ ਸਮਾਜ ਵਿੱਚ ਸਾਡੇ ਪੰਜਾਬ ਵਿੱਚ ਸਾਡੇ ਹਰਿਆਣੇ ਦੇ ਸਾਰੇ ਸੂਬਿਆਂ ਵਿੱਚ ਜਿਨ੍ਹਾਂ ਤੇ 10-10 ਕੇਸ ਚੱਲਦੇ ਆ ਇਥੋਂ ਤੱਕ ਜਿਨ੍ਹਾਂ ਤੇ ਕਤਲ ਦੇ ਕੇਸ ਚੱਲਦੇ ਆ ਉਹਨਾਂ ਦੇ ਵੀ ਲਾਇਸੈਂਸ ਬਣੇ ਜਾਂਦੇ ਆ ਪਰ ਜਿਹੜਾ ਕੋ ਸ਼ਰੀਫ ਬੰਦਾ ਮੇਰੇ ਕੋਲ ਅਜੇ 10-12 ਕੇਸ ਆ ਜਿੱਥੇ ਸ਼ਰੀਫ ਬੰਦੇ ਸੀ ਉਹਨਾਂ ਤੋਂ ਪੈਸੇ ਮੰਗੇ ਪਹਿਲਾਂ ਪੁਲਿਸ ਵਾਲਾ ਮੰਗੇ ਨੇ ਦਿੱਤੇ ਤੇ ਉਹਨਾਂ ਨੇ ਰਿਜੈਕਟ ਕਰਕੇ ਭੇਜਤਾ ਡੀਸੀ ਦਫ਼ਤਰ ਵਾਲਾ ਨੇ ਆਖਿਆ ਇੰਨੇ ਕ ਪੈਸੇ ਦੇ ਦੇ ਤੁਹਾਡਾ ਲਾਇਸੈਂਸ ਬਣਾ ਦਿੰਨੇ ਉਹਨਾਂ ਨੇ ਨਹੀਂ ਦਿੱਤੇ ਉਹ ਬਾਅਦ ਵਿੱਚ ਉਹਨਾਂ ਨੇ ਰਿਪੋਰਟ ਕਰਦੀ ਨਹੀਂ ਇਹ ਬਣਦੇ ਯੋਗ ਨਹੀਂ ਉਹ ਬੰਦੇ ਕਿੰਨੇ ਕਿੰਨੇ ਪੈਸੇ ਲਾਇਸੈਂਸ ਫੀਸ ਫੂਕ ਕੇ ਆਪਣੇ ਘਰਾਂ 'ਚ ਬੈਠੇ ਇਹਨਾਂ ਲੋਕਾਂ ਨੂੰ ਅਪੀਲ ਦਾ ਸੁਣਵਾਈ ਦਾ ਅਧਿਕਾਰ ਹੋਣਾ ਚਾਹੀਦਾ ਸਵਾਲ ਐ ਇਸ ਵੇਲੇ ਹਮਾਚਲ ਪ੍ਰਦੇਸ਼ ਦਾ ਹਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਇਸ ਮਾਮਲੇ 'ਚ ਆਪਣੇ ਚੁੱਪ ਤੋੜਨੀ ਚਾਹੀਦੀ ਆ ਔਰ ਦੱਸਣਾ ਚਾਹੀਦਾ ਕਿ ਇਦਾਂ ਦੀ ਵੱਧ ਜ਼ਬਾਨੀ ਵਾਸਤੇ ਉਹ ਆਪਣੇ ਐਮਐਲ ਦੇ ਖਿਲਾਫ ਕਾਰਵਾਈ ਕੋ ਕਰ ਰਿਹਾ ਕਿ ਨਹੀਂ ਕਰ ਰਿਹਾ ਜੇ ਨਹੀਂ ਕਰ ਰਿਹਾ ਤੇ ਕਿਉਂ ਨਹੀਂ ਕਰ ਰਿਹਾ ਤੇ ਜੇ ਕਰ ਰਿਹਾ ਤੇ ਕੀ ਕਾਰਵਾਈ ਕਰ ਰਿਹਾ ਤਾਂ ਕਿ ਲੋਕਾਂ ਨੂੰ ਭਰੋਸਾ ਬਣ ਸਕੇ ਜੀ ਪਰ ਸਭ ਅਗਲਾ ਮਾਮਲਾ ਹਵਾਈ ਜਾਸ ਦੇ ਨਾਲ ਜੁੜਿਆ ਹੋਇਆ ਕਿਉਂਕਿ ਸਾਡੇ ਦੇਸ਼ ਤੇ 3 ਵੱਟੇ ਲੀਟਰ ਕੱਲ ਹਵਾਈ ਜਾਸ ਤੇ ਸਫਰ ਦੇ ਵਿੱਚ ਸੀਗੇ ਤੇ ਉਹਨਾਂ ਦੇ ਸਫਰ ਦੇ ਦੌਰਾਨ ਜਿਹੜੀਆਂ ਖਬਰਾਂ ਆਈਆਂ ਨੇ ਉਹਨਾਂ ਉਹ ਆਪਣਾ ਬੜਾ ਧਿਆਨ ਖਿੱਚਦੀਆਂ ਨੇ ਇਕ ਤਾਂ મોદી ਸਾਹਿਬ ਤਨੇ ਕੰਟੇ ਕਹਿੰਦੇ ਕਿ ਜਹਾਜ਼ ਦੇ ਵਿੱਚ ਹੀ ਬੈਠੇ ਰਹੇ ਤਕਨੀਕੀ ਕੋਈ ਖਰਾਬੀ ਆਈ ਦੂਸਰੇ ਪਾਸੇ ਸਵਾਹ ਕਾ ਘੰਟਾ ਇੰਤਜ਼ਾਰ ਰਾਹੁਲ ਗਾਂਧੀ ਹਰਾਂ ਨੂੰ ਕਰਨਾ ਪੈ ਗਿਆ ਉਹ ਕਹਿੰਦੇ ਜੀ ਕਿ ਮੇਰੇ ਜਿਹੜਾ ਸਿਆਸੀ ਪ੍ਰਚਾਰ ਕਰਨ ਵਾਸਤੇ ਜਾਣਾ ਸੀਗਾ ਉੱਥੇ ਮੈਨੂੰ ਨਹੀਂ ਜਾਣ ਦਿੱਤਾ ਤੀਸਰੇ ਪਾਸੇ ਅੰਦਿਸ਼ਾ ਹਰਾਂ ਦੇ ਜਹਾਜ਼ ਦੀ ਤਲਾਸ਼ੀ ਹੋਈ ਹੈ ਇਹ ਤਿੰਨੋਂ ਮਾਮਲਿਆਂ ਨੂੰ ਕਲਪ ਕਰਕੇ ਤੁਸੀਂ ਦੱਸਿਓ ਕਿ ਕੀ ਕੋਈ ਖਬਰ ਅਸਲ ਦੇ ਵਿੱਚ ਸੀ ਜਾਂ ਫਿਰ ਖਬਰ ਦੇ ਲਈ ਖਬਰ ਬਣਾਈ ਗਈ ਹੈ ਨਹੀਂ ਨਹੀਂ ਖਬਰ ਤਾਂ ਬਣਦੀ ਆ ਪਹਿਲਾਂ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਤੇ ਸ਼ਿਵ ਸਨਨਾ ਦੇ ਮੁਖੀ ਉਦੋ ਠਾਕਰੇ ਦੇ ਸਮਾਂ ਦੀ ਤਲਾਸ਼ੀ ਲਈ ਗਈ। ਉਹਨੇ ਅਖਰ ਸਾਡੀ ਤਲਾਸ਼ੀ ਲੈਨੇ ਹੋ। ਕਦੇ ਅਮਿਤ ਸ਼ਾਹ ਦੀ, ਕਦੇ ਇਕਨਾਥ ਚੰਦੇ ਦੀ ਤਲਾਸ਼ੀ ਲਈ। ਅਗਲੇ ਦਿਨ ਇਕਨਾਥ ਚੰਦੇ ਦੀ ਤਲਾਸ਼ੀ ਹੋ ਗਈ। ਇਹਨਾਂ ਦੀ ਤਲਾਸ਼ੀ ਵਿਰੋਧੀ ਧਿਰਵਾਲਾਂ ਦੀ ਬਿਨਾਂ ਦੱਸਿਆ ਹੁੰਦੀ ਆ। ਜਿਹੜੇ ਹਾਕਮ ਧਿਰਵਾਲੇ ਆ। ਉਹਨਾਂ ਦੀ ਬਿਨਾਂ ਦੱਸਿਆ ਹੁੰਦੀ ਆ ਕਿ ਗਾਹ ਨੂੰ ਸੂਚਨਾ ਹੁੰਦੀ ਆ। ਲੋਕਾਂ 'ਚ 36 ਕਿਸਮ ਦੀਆਂ ਗੱਲਾਂ ਚੱਲਦੀਆਂ ਨੇ। ਇਹ ਕਾਂਗਰਸੀ ਰਾਜ 'ਚ ਵੀ ਹੁੰਦਾ ਰਿਹਾ। ਇਹ ਹੁਣ ਵਾਜ ਵਿੱਚ ਲੋਕੀ ਗੱਲਾਂ ਬਹੁਤ ਕਰਦੇ ਉਹਨਾਂ ਤੋਂ ਬਚਨ ਦੀ ਲੋੜ ਹੈ ਸਰਕਾਰ ਨਹੀਂ ਬਚ ਸਕੀ ਹੁਣ ਕਿਉਂਕਿ ਰੌਲਾ ਬਹੁਤ ਪੈ ਗਿਆ ਕਿ ਵਿਰੋਧੀ ਧਿਰ ਦੇ ਲੀਡਰਾਂ ਦੀਆਂ ਤਲਾਸ਼ੀਆਂ ਹੁੰਦੀਆਂ ਮੋੜ-ਮੋੜ ਕੇ ਇਸ ਕਰਕੇ ਉਸ ਤੋਂ ਬਾਅਦ ਅਮਿਤ ਸ਼ਾਹ ਦੇਸ਼ ਦੇ ਗ੍ਰਹਿ ਮੰਤਰੀ ਉਹਨਾਂ ਦੇ ਸਾਰੇ ਦੇ ਸਮਾਨ ਦੀ ਤਲਾਸ਼ੀ ਹੋਰ ਲੱਗ ਪਈ ਹੈ ਕਰੋ ਕਰੋ ਜਿੱਦੀ ਮਰਜ਼ੀ ਕਰੋ ਦਿੱਤੇ ਕੁਝ ਮਾੜਾ ਨਿਕਲਦਾ ਫੜ ਲਓ ਲਿਹਾਜ਼ ਨਹੀਂ ਹੋਣਾ ਚਾਹੀਦਾ ਪਿਕੜ ਚੋਣ ਨਹੀਂ ਚਾਹੀਦੀ ਆਪਣਾ ਪਰਾਇਆ ਨਹੀਂ ਮਰਨਾ ਚਾਹੀਦਾ ਸਾਰਿਆਂ ਨੂੰ ਇੱਕੋ ਥਾਂ ਰੱਖਣਾ ਚਾਹੀਦਾ ਦੂਜੀ ਗੱਲ ਹੈ ਕੱਲ੍ਹ ਜੱਜ ਦੀ ਖਰਾਬੀ ਦੀ ਜੱਜ ਇਹੋ ਜੀ ਚੀਜ਼ ਜੇ ਅੱਕ ਜੇ ਖਰਾਬੀ ਆ ਜਾਵੇ ਉੱਪਰ ਅਸਮਾਨ 'ਚ ਕੋਈ ਫੁੱਟਪਾਥ ਨਹੀਂ ਹੁੰਦਾ ਜਿੱਥੇ ਸੜਕ ਤੋਂ ਲਾਹ ਕੇ ਤੁਸੀਂ ਖੜਾ ਕਰ ਦਿਓਗੇ ਬੜਾ ਖਤਰਨਾਕ ਹੁੰਦਾ ਹੈ ਇਸ ਕਰਕੇ ਸਾਰੀ ਖਰਾਬੀ ਦੂਰ ਕਰਕੇ ਢਾਉਣਾ ਚਾਹੀਦਾ ਪ੍ਰਧਾਨ ਮੰਤਰੀ ਦਾ ਜਹਾਜ਼ ਹੋਵੇ ਜਾਂ ਕਿਸੇ ਹੋਰ ਦਾ ਰਿਸਕ ਨਹੀਂ ਲੈਣਾ ਚਾਹੀਦਾ ਪਰ ਪ੍ਰਧਾਨ ਮੰਤਰੀ ਦੇ ਨਾਲ ਇੱਕ ਸੈੱਟ ਪ੍ਰੋਟੋਕੋਲ ਹੁੰਦਾ ਕਿ ਜਿੱਥੋਂ ਪ੍ਰਧਾਨ ਮੰਤਰੀ ਦਾ ਜਹਾਜ਼ ਲੰਘਣਾ ਉਹਦੇ ਤੋਂ ਇੰਨੇ ਕਿਲੋਮੀਟਰ ਦੇ ਘੇਰੇ 'ਚ ਕੋਈ ਜਹਾਜ਼ ਉੱਡੇਗਾ ਨਹੀਂ ਕੋਈ ਜਹਾਜ਼ ਆਵੇਗਾ ਜਾਵੇਗਾ ਨਹੀਂ ਇੰਨੇ ਫਾਸਲੇ ਤੇ ਦੂਰ ਦੂਰ ਰਹਿਣਗੇ ਜੀ ਹੁਣ ਜੇ ਰਾਹੁਲ ਗਾਂਧੀ ਦਾ ਜਹਾਜ਼ ਉਹਨੇ ਫਾਸਲੇ 'ਚ ਸੀ ਜੇ ਤੇ ਪ੍ਰਧਾਨ ਮੰਤਰੀਆਂ ਜਹਾਜ਼ ਉੱਡ ਗਿਆ ਹੁੰਦਾ ਤੇ ਉਹਨੂੰ ਉੱਡਣ ਦੀ ਆਗਿਆ ਨਹੀਂ ਸੀ ਦੇਣੀ ਚਾਹੀਦੀ ਪਰ ਜੇ ਪ੍ਰਧਾਨ ਮੰਤਰੀਆਂ ਜਹਾਜ਼ ਖਰਾਬੀ ਕਰਕੇ ਰੋਕਿਆ ਗਿਆ ਰਿਪੇਅਰ ਕਰਦੇ ਪਏ ਮੁਰੰਮਤ ਕਰਦੇ ਪਏ ਤੇ ਉਹਨਾਂ ਚੋਂ ਤੱਕ ਰਾਹੁਲ ਗਾਂਧੀ ਨੂੰ ਉੱਡ ਜਾਣ ਦੇਣਾ ਚਾਹੀਦਾ ਸੀ ਇਹ ਮੌਕਾ ਨਹੀਂ ਸੀ ਦੇਣਾ ਚਾਹੀਦਾ ਕਿਉਂਕਿ ਇਹ ਕਹਿ ਸਕੇ ਕਿ ਮੈਨੂੰ ਆਪਣੇ ਪੋਲੀਟਿਕਲ ਪ੍ਰੋਗਰਾਮ ਤੇ ਜਾਣ ਤੋਂ ਲੇਟ ਕੀਤਾ ਗਿਆ ਇਦਾਂ ਦੀਆਂ ਗੱਲਾਂ ਤੋਂ ਬਚਣਾ ਚਾਹੀਦਾ ਅੱਗੇ ਵੀ ਇੱਕ ਦੋ ਵਾਰ ਇਦਾਂ ਦੀਆਂ ਗੱਲਾਂ ਹੋਈਆਂ ਸੀ ਉਹ ਮੁੜਮੜ ਕੇ ਮੌਕਾ ਨਹੀਂ ਦੇਣਾ ਚਾਹੀਦਾ ਚੋਣ ਪ੍ਰਚਾਰ ਵਿੱਚ ਸਾਰਿਆਂ ਨੂੰ ਬਰਾਬਰ ਦਾ ਆਪੋ ਆਪਣੀ ਥਾਂ ਪਹੁੰਚਣ ਦਾ ਹੱਕ ਹੈ ਤੇ ਉਹ ਹੱਕ ਦੇਣਾ ਚਾਹੀਦਾ ਇਸ ਗੱਲ ਨੂੰ ਯਕੀਨੀ ਬਣਾਉਣਾ ਚੋਣ ਕਮਿਸ਼ਨ ਦਾ ਕੰਮ ਹੈ ਪਰ ਅੱਜ ਕੱਲ ਚੋਣ ਕਮਿਸ਼ਨ ਤੇ ਜਿੰਨੇ ਦੋਸ਼ ਲੱਗ ਰਹੇ ਆ ਚੋਣ ਕਮਿਸ਼ਨ ਇਹ ਯਕੀਨੀ ਬਣਾ ਸਕੇਗਾ ਕਿ ਨਹੀਂ ਇਸ ਜ਼ਿੰਮੇਵਾਰੀ ਤੇ ਪੂਰਾ ਉੱਤਰੇਗਾ ਕਿ ਨਹੀਂ ਅਸੀਂ ਨਹੀਂ ਕਹਿ ਸਕਦੇ ਚੋਣ ਕਮਿਸ਼ਨ ਜਾਣੇ ਜਾਂ ਉਹਨੂੰ ਚੋਣ ਕਮਿਸ਼ਨ ਬਣਾਉਣ ਵਾਲੇ ਜਾਣਨ ਜਾਂ ਸ਼ਿਕਾਇਤ ਕਰਨ ਵਾਲੇ ਜਾਣਨ ਪਰ ਸਾਡੇ ਭਾਰਤ ਦੇ ਚੋਣ ਕਮਿਸ਼ਨ ਬਾਰੇ ਚੋਣ ਪ੍ਰਬੰਧ ਬਾਰੇ ਚੋਣ ਵਿੱਚ ਹੁੰਦੀਆਂ ਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਬਾਰੇ ਗੱਲਾਂ ਬਹੁਤ ਚੱਲਦੀਆਂ ਇਹਨਾਂ ਸਾਰੇ ਸ਼ੰਕਾਾਂ ਦੀ ਨਿਵਰਤੀ ਹੋਣੀ ਚਾਹੀਦੀ ਹੈ ਜੀ ਬਿਲਕੁਲ ਠੀਕ ਮੈਂ ਸਭ ਤੁਸੀਂ ਜੁੜੇ ਖਬਰਾਂ ਤੇ ਚਰਚਾ ਕੀਤੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਮਿਹਰਬਾਨੀ ਸ਼ੁਕਰੀਆ ਤਾਂ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਹੋ ਚੱਲਿਆ ਪ੍ਰੋਗਰਾਮ ਬਾਰੇ ਤੁਹਾਡੇ ਸੁਝਾਅ ਟਿੱਪਣੀਆਂ ਦਾ ਸਾਨੂੰ ਹਰ ਉਸ ਦੀ ਤਰ੍ਹਾਂ ਇੰਤਜ਼ਾਰ ਰਹੇਗਾ ਫਿਲਹਾਲ ਵੇਖਦੇ ਰਹਿਣਾ ਪ੍ਰਾਈਮੇਅਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ